ਸਤਿ ਸ਼੍ਰੀ ਅਕਾਲ, ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਅਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਨੈੱਟ ਪੰਜਾਬੀ ਦੇ ਲਈ ਖਾਸ ਤੌਰ 'ਤੇ ਤਿਆਰੀ ਕਰ ਰਹੇ ਹਾਂ ਜੀ। ਅਤੇ ਜਿਵੇਂ ਪਿਛਲੇ ਸਾਲਾਂ ਦੇ ਜਿਹੜੇ ਪ੍ਰਸ਼ਨ ਕਰਵਾ ਆ ਰਹੇ ਸੀਗੇ, ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ ਉਹ ਵੀ ਕਰਵਾਉਂਦੇ ਰਹਾਂਗੇ। ਅਤੇ ਕੁਝ ਖਾਸ ਜਿਹੜੇ ਇਮਤਿਹਾਨ ਦੇ ਪੱਖ ਤੋਂ ਜ਼ਰੂਰੀ ਜਿਹੜੇ ਹਰ ਵਾਰ ਆਉਂਦੇ ਨੇ ਪ੍ਰਸ਼ਨ, ਉਹਨਾਂ ਨਾਲ ਸੰਬੰਧਿਤ ਅੱਜ ਜਿਹੜਾ ਅਸੀਂ ਲੈ ਕੇ ਆਏ ਜੀ, ਭਾਰਤੀ ਕਾਵਿ ਸ਼ਾਸਤਰ ਵਿਦਵਾਨ ਅਤੇ ਗ੍ਰੰਥ ਕਿਹੜੀ ਕਿਹੜੀ ਸਦੀ ਦੇ ਵਿੱਚ ਉਹਨਾਂ ਦੀ ਰਚਨਾ ਹੋਈ ਅਤੇ ਉਹਨਾਂ ਦੇ ਕਿਹੜੇ ਕਿਹੜੇ ਸਿਧਾਂਤ ਸੀਗੇ। ਵੀਡੀਓ ਦੇ ਵਿੱਚ ਜਿਹੜਾ ਸਕਰੀਨ ਦੇ ਉੱਪਰ ਲਿਖਿਆ ਹੋਊਗਾ ਨਾਲ ਦੀ ਨਾਲ ਸੁਣਿਓ ਜ਼ਰੂਰ, ਕਿਉਂਕਿ ਕੁਝ ਖਾਸ ਗੱਲਾਂ ਨੇ ਜਿਹੜੀਆਂ ਕਿ ਇਮਤਿਹਾਨ ਦੇ ਪੱਖ ਤੋਂ ਬਹੁਤ ਜ਼ਰੂਰੀ ਅਤੇ ਹਰ ਵਾਰ ਨੈੱਟ ਦੇ ਇਮਤਿਹਾਨ ਦੇ ਵਿੱਚ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਆਉਂਦਾ ਹੀ ਆਉਂਦਾ। ਵੀਡੀਓ ਸ਼ੁਰੂ ਕਰਨ ਲੱਗੇ ਆਪਾਂ, ਸਭ ਤੋਂ ਪਹਿਲਾਂ ਤਾਂ ਭਰਤ ਮੁਨੀ ਬਾਰੇ ਹਰ ਇੱਕ ਨੇ ਜਿਹੜੇ ਇਮਤਿਹਾਨ ਦੇ ਰਹੇ ਉਹਨਾਂ ਨੇ ਪੜ੍ਹੇ ਹੀ ਹੋਣਾ ਜੀ। ਇਹਨਾਂ ਦਾ ਜਿਹੜਾ ਸੰਬੰਧ ਸੀਗਾ ਜੀ, ਇਹ ਰਸ ਸਿਧਾਂਤ ਦੇ ਨਾਲ ਸੀਗਾ। ਅਤੇ ਜਿਹੜਾ ਇਹਨਾਂ ਦਾ ਗ੍ਰੰਥ ਸੀਗਾ ਜੀ, ਨਾਟਿਆ ਸ਼ਾਸਤਰ, ਅਤੇ ਇਹਨਾਂ ਦਾ ਸੰਬੰਧ ਸੀਗਾ ਜੀ ਪਹਿਲੀ ਸਦੀ ਦੇ ਨਾਲ ਇਹਨਾਂ ਦਾ ਸੰਬੰਧ ਸੀਗਾ, ਅਤੇ ਨਾਟਿਆ ਸ਼ਾਸਤਰ ਗ੍ਰੰਥ ਸੀਗਾ। ਪਰ ਨਾਲ ਦੀ ਨਾਲ ਇੱਕ ਗੱਲ ਹੋਰ ਕਿ ਇਹਨਾਂ ਨੇ ਸਿਧਾਂਤ ਕਿਹੜੇ ਕਿਹੜੇ ਦਿੱਤੇ, ਅਤੇ ਰਸ ਸਿਧਾਂਤ ਦਿੱਤਾ ਇਹਦੇ ਵਿੱਚ ਸਾਡੇ ਕੋਲ ਸਾਧਾਰੀਕਰਨ, ਭਾਵ, ਵਿਭਾਵ। ਯਾਦ ਰੱਖਣਾ ਤੁਸੀਂ ਭਰਤ ਮੁਨੀ ਦੇ ਰਸ ਸਿਧਾਂਤ ਦੇ ਵਿੱਚ ਸਾਧਾਰੀਕਰਨ, ਭਾਵ, ਵਿਭਾਵ, ਅਨੁਭਾਵ ਅਤੇ ਆਲੰਬਨ। ਭਾਵ, ਵਿਭਾਵ, ਅਨੁਭਾਵ ਅਤੇ ਆਲੰਬਨ। ਅਤੇ ਰਸ ਸਿਧਾਂਤ ਇਹ ਪਹਿਲੀ ਸਦੀ ਦੀ ਗੱਲ ਕਰ ਰਹੇ ਹਾਂ। ਨਾਲ ਦੀ ਨਾਲ ਅਗਲਾ ਸਾਡੇ ਕੋਲ ਭਾਵਾਂ ਦਾ ਹੈਗਾ ਜਿਹੜਾ ਹੈਗਾ ਜੀ, ਅਲੰਕਾਰ ਸਿਧਾਂਤ ਦਿੱਤਾ ਭਾਵਾਂ ਨੇ। ਅਤੇ ਕਾਵਿ ਅਲੰਕਾਰ ਇਹਨਾਂ ਦਾ ਜਿਹੜਾ ਸੀਗਾ ਗ੍ਰੰਥ, ਕਾਵਿ ਅਲੰਕਾਰ ਦਿੱਤਾ ਹੋਇਆ ਜੀ ਉਹਨਾਂ ਨੇ, ਕਾਵਿ ਅਲੰਕਾਰ ਲਿਖਿਆ। ਇਹਦੇ ਵਿੱਚ ਉਹਨਾਂ ਨੇ ਅਲੰਕਾਰ ਦੀਆਂ ਜਿਹੜੀ ਸਾਨੂੰ ਸ਼ਬਦ ਸਿਧਾਂਤ ਜਿਹੜੇ ਅਲੰਕਾਰ ਦੇ ਵਿੱਚ ਸਾਨੂੰ ਦਿੱਤੇ ਉਹ ਦਿੱਤੇ ਸੀਗੇ ਜੀ। ਸ਼ਬਦ ਕਾਵਿ ਅਲੰਕਾਰ ਦੇ ਵਿੱਚ ਸ਼ਬਦ ਅਰਥ ਅਤੇ ਸ਼ਬਦਾਰਥ। ਅਤੇ ਦੰਡੀ ਨੇ ਇਹਦੇ ਨਾਲ ਤੁਸੀਂ ਇੱਕ ਗੱਲ ਹੋਰ ਵੀ ਯਾਦ ਰੱਖਿਓ, ਜਿਹੜਾ ਅਲੰਕਾਰ ਸਿਧਾਂਤ ਦਾ ਭਾਵਾਂ ਨੇ ਦਿੱਤਾ ਸੀਗਾ, ਅਤੇ ਦੰਡੀ ਨੇ ਉਹਦਾ ਇੱਕ ਆਪਾਂ ਇਹ ਕਹਿੰਦੇ ਹਾਂ ਸਾਰ ਰੂਪ ਦੇ ਵਿੱਚ ਲਿਖਿਆ ਸੀ ਗ੍ਰੰਥ, ਕਾਵਿ ਦਰਸ਼ ਉਹ ਵੀ ਯਾਦ ਰੱਖਿਓ ਨਾਲ ਦੀ ਨਾਲ। ਦੰਡੀ ਦੋਨਾਂ ਦਾ ਨਾਮ ਯਾਦ ਰੱਖਣਾ, ਦੰਡੀ ਅਤੇ ਭਾਵਾਂ। ਅਤੇ ਅਲੰਕਾਰ ਸਿਧਾਂਤ ਇਹ ਬਿਲਕੁਲ ਨਾਲ ਆ ਗਿਆ ਜੀ ਦੰਡੀ ਦੇ, ਇਹਦੇ ਬਾਰੇ ਆਪਾਂ ਗੱਲ ਕਰ ਹੀ ਚੁੱਕੇ ਹਾਂ। ਕਾਵਿ ਆਦਰਸ਼ ਦਿੱਤਾ ਸੀ ਇਹਨਾਂ ਨੇ, ਉਹਦਾ ਹੀ ਸਾਰ ਰੂਪ ਸੀਗਾ ਕਾਵਿ ਅਲੰਕਾਰ ਦਾ, ਇਹ ਗੱਲ ਨਾਲ ਜ਼ਰੂਰ ਯਾਦ ਰੱਖਣੀ ਹੈ ਜੀ। ਅਤੇ ਉਸ ਤੋਂ ਬਾਅਦ ਇਹ ਆਪਣੇ ਕੋਲ ਭਰਤ ਮੁਨੀ ਹੋ ਗਿਆ, ਅਤੇ ਭਾਵਾਂ ਅਲੰਕਾਰ ਦੋਨੇ ਹੋ ਗਏ ਨਾਲ ਦੀ ਨਾਲ। ਇਹਨਾਂ ਨੂੰ ਯਾਦ ਰੱਖਣਾ ਪਹਿਲੀ ਸਦੀ ਦੇ ਵਿੱਚ ਭਰਤ ਮੁਨੀ ਸੀਗਾ, ਅਤੇ ਜਿਹੜਾ ਸਾਡੇ ਕੋਲ ਭਾਵਾਂ ਆ ਗਿਆ ਜੀ ਇਹ 6ਵੀਂ ਸਦੀ ਦੇ ਵਿੱਚ ਆ ਗਿਆ, ਦੰਡੀ ਵੀ 6ਵੀਂ ਸਦੀ ਦੇ ਵਿੱਚ ਆ ਗਿਆ। ਦੋਨਾਂ ਨੂੰ ਤੁਸੀਂ ਯਾਦ ਰੱਖਣਾ ਕਿਹੜੀ ਕਿਹੜੀ ਸਦੀ ਦੇ ਵਿੱਚ ਹੋਏ ਸੀਗੇ ਜੀ ਇਹ। ਕਈ ਵਾਰੀ ਜਦੋਂ ਮਿਲਾਉਣ ਵਾਲੇ ਆ ਜਾਂਦੇ ਨੇ ਇਮਤਿਹਾਨ ਦੇ ਵਿੱਚ, ਉੱਥੇ ਸਦੀ ਵੀ ਗੱਲ ਕੀਤੀ ਜਾ ਸਕਦੀ ਹੈ, ਜਾਂ ਉਹਨਾਂ ਨੂੰ ਤਰਤੀਬ ਦੇ ਵਿੱਚ ਦੇਣਾ ਹੁੰਦਾ, ਜਾਂ ਕਿਹੜੇ ਜਿਹੜੇ ਸਾਡੇ ਕੋਲ ਆਚਾਰੀਆ ਸੀ, ਵਿਦਵਾਨ ਸੀ, ਉਹਨਾਂ ਦੇ ਕਿਹੜੇ ਗ੍ਰੰਥ ਸੀਗੇ ਅਤੇ ਕਿਹੜੇ ਕਿਹੜੇ ਸਿਧਾਂਤ ਦਿੱਤੇ, ਇਹਦੇ ਨਾਲ ਸੰਬੰਧਿਤ ਪ੍ਰਸ਼ਨ ਆਉਂਦਾ ਹੀ ਆਉਂਦਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਦੰਡੀ ਤੋਂ ਬਾਅਦ ਜਿਹੜਾ ਸਾਡੇ ਕੋਲ ਆ ਰਿਹਾ ਜੀ ਉਦਭੱਟ। ਉਦਭੱਟ ਨੇ ਸਾਡੇ ਕੋਲ ਜਿਹੜਾ ਸਿਧਾਂਤ ਦਿੱਤਾ ਜੀ, ਇਹ ਵੀ ਅਲੰਕਾਰ ਦੇ ਨਾਲ ਹੀ ਸੰਬੰਧਿਤ ਹੈ, ਅਤੇ ਕਾਵਿ ਅਲੰਕਾਰ ਇਹ 8ਵੀਂ ਸਦੀ ਦੇ ਵਿੱਚ। ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਅਲੰਕਾਰ ਜਿਹੜੀ ਸੰਪਰਦਾਇ ਸੀ ਉਹਦੇ ਨਾਲ ਭਾਵਾਂ ਤੋਂ ਸ਼ੁਰੂ ਕੀਤੀ ਆ, ਦੰਡੀ ਨੇ ਉਹਦਾ ਸਾਰ ਰੂਪ ਦਿੱਤਾ, ਉਦਭੱਟ ਨੇ ਅਲੰਕਾਰ ਸਿਧਾਂਤ ਵੱਖਰੇ ਦਿੱਤੇ ਨੇ, ਅਤੇ ਉਹ 8ਵੀਂ ਸਦੀ ਦੇ ਵਿੱਚ ਜਾ ਕੇ ਦਿੱਤੇ ਆ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਰੁਦਰਟ ਦੀ ਗੱਲ ਕਰਦੇ ਹਾਂ ਜਦੋਂ, ਤਾਂ ਰੁਦਰਟ ਨੇ ਵੀ ਸਾਡੇ ਕੋਲ ਕੀ ਦਿੱਤਾ ਜੀ, ਅਲੰਕਾਰ ਸਿਧਾਂਤ ਦਿੱਤਾ ਅਤੇ ਕਾਵਿ ਅਲੰਕਾਰ। ਨਾਲ ਦੀ ਨਾਲ ਇਹਨਾਂ ਦੀ ਜਿਹੜੀ ਗ੍ਰੰਥ ਸੀਗਾ ਉਹ ਵੀ ਯਾਦ ਰੱਖਣੇ, ਕਾਵਿ ਅਲੰਕਾਰ। ਭਰਤ ਮੁਨੀ ਦਾ ਨਾਟਿਆ ਸ਼ਾਸਤਰ, ਭਾਵੇਂ ਦਾ ਕਾਵਿ ਅਲੰਕਾਰ,
ਡੰਡੀ ਜੀ ਦਾ ਸੀਗਾ ਕਾਵਿ ਆਦਰਸ, ਉਤਪਟ ਦਾ ਕਾਵਿ ਅਲੰਕਾਰ ਅਤੇ ਰੁਦਰਟ ਦਾ ਵੀ ਕਾਵਿ ਅਲੰਕਾਰ। ਅਤੇ 9ਵੀਂ ਸਦੀ ਦੇ ਵਿੱਚ ਸੀਗਾ ਜੀ, ਅਤੇ ਪਹਿਲੀ ਸਦੀ ਸੀ 6ਵੀਂ, 7ਵੀਂ, 8ਵੀਂ ਅਤੇ 9ਵੀਂ, ਅਤੇ ਉਸ ਤੋਂ ਅੱਗੇ ਆਏ ਵਾਮਨ। ਵਾਮਨ ਨੇ ਅਲੰਕਾਰ ਸਿਧਾਂਤ ਦਿੱਤਾ। ਵੈਸੇ ਵਾਮਨ ਨੇ ਸਾਡੇ ਕੋਲ ਜਿਹੜਾ ਸੰਪਰਦਾਇ, ਰੀਤੀ ਸੰਪਰਦਾਇ ਨਾਲ, ਰੀਤੀ ਸੰਪਰਦਾਇ ਦੇ ਨਾਲ ਸੰਬੰਧਿਤ ਸੀਗਾ ਵਾਮਨ। ਅਤੇ ਇਹਨਾਂ ਦਾ ਜਿਹੜਾ ਗ੍ਰੰਥ ਦਾ ਨਾਮ ਸੀਗਾ, ਵਾਮਨ ਦੇ ਗ੍ਰੰਥ ਦਾ ਨਾਮ ਜੀ ਸਾਡੇ ਕੋਲ ਸੀਗਾ ਕਾਵਿ ਅਲੰਕਾਰ ਹੀ ਸੀਗਾ। ਇਹਦੇ ਵਿੱਚ 9ਵੀਂ ਸਦੀ ਦੇ ਵਿੱਚ ਆਇਆ। ਅਤੇ ਇਹਨਾਂ ਨੇ ਹੋਰ ਇਸ ਸਿਧਾਂਤ ਕਿਹੜੇ ਕਿਹੜੇ ਦਿੱਤੇ ਸੀ? ਇਹਦੇ ਵਿੱਚ ਵੈਦਰਵੀ, ਗੌੜੀ, ਪੰਚਾਲੀ, ਵੈਦਰਵੀ, ਗੌੜੀ ਅਤੇ ਪੰਚਾਲੀ, ਇਹ ਯਾਦ ਰੱਖਿਓ ਇਮਤਿਹਾਨ ਦੇ ਪੱਖ ਤੋਂ। ਉਸ ਤੋਂ ਬਾਅਦ ਆਨੰਦ ਵਰਧਨ, ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਧੁਨੀ ਸਿਧਾਂਤ ਦੇ ਨਾਲ ਸੀਗਾ। ਅਤੇ ਧਵਨ, ਹਾਂਜੀ, ਧਵਨਾ ਜਾਂ ਲੋਕ ਇਹਨਾਂ ਦਾ ਜਿਹੜਾ ਸੀਗਾ ਗ੍ਰੰਥ ਸੀਗਾ। ਅਤੇ ਜਿਵੇਂ ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਧੁਨੀ ਤੋਂ ਆਨੰਦ ਦੀ ਪ੍ਰਾਪਤੀ ਹੁੰਦੀ ਆ, ਅਤੇ ਧਵਨ ਸਭ ਤੋਂ ਵੀ ਤੁਸੀਂ ਧੁਨੀ ਨੂੰ ਹੀ ਯਾਦ ਰੱਖਣਾ। ਅਤੇ ਇਹ 9ਵੀਂ ਸਦੀ ਦੇ ਵਿੱਚ ਸੀਗਾ ਜੀ, ਅਤੇ ਆਪਣੇ ਕੋਲ ਇਸ ਨੂੰ ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਆਨੰਦ ਵਰਧਨ ਧੁਨੀ ਸਿਧਾਂਤ ਸੀਗਾ। ਅਤੇ ਧੁਨੀ ਸਿਧਾਂਤ ਦੇ ਵਿੱਚ ਅੱਗੇ, ਹਾਂ, ਇੱਕ ਗੱਲ ਹੋਰ ਯਾਦ ਰੱਖਿਓ, ਉਹਦੇ ਵਿੱਚ ਇਹਨਾਂ ਨੇ ਸ਼ਬਦ ਸ਼ਕਤੀਆਂ ਬਾਰੇ ਦੱਸਿਆ ਸੀ। ਸ਼ਬਦ ਸ਼ਕਤੀਆਂ ਕਿਹੜੀ ਕਿਹੜੀ ਸੀ? ਅਵਿਧਾ, ਵਿਅੰਜਨਾ ਅਤੇ ਲਕਸ਼ਣਾ। ਅਵਿਧਾ, ਵਿਅੰਜਨਾ ਅਤੇ ਲਕਸ਼ਣਾ, ਇਹ ਦਿੱਤੀਆਂ ਸੀ ਆਨੰਦ ਵਰਧਨ ਨੇ। ਅਤੇ ਉਸ ਤੋਂ ਬਾਅਦ ਨਾਲ ਹੀ ਇਹਦੇ ਇੱਕ ਗੱਲ ਹੋਰ ਯਾਦ ਰੱਖਿਓ ਕਿ ਜਿਹੜਾ ਅਭਿਨਵ ਗੁਪਤਾ ਸੀ, ਅਭਿਨਵ ਗੁਪਤਾ ਨੇ ਜਿਹੜਾ ਧਵਨੇ ਲਿਖਿਆ ਹੋਇਆ ਸੀ, ਧਵਨੇ ਲੋਕ ਆਨੰਦ ਵਰਧਨ ਦਾ, ਉਹਦਾ ਟੀਕਾਕਰਨ ਕੀਤਾ ਸੀਗਾ। ਅਤੇ ਉਹ ਟੀਕਾਕਰਨ ਦੇ ਵਿੱਚ ਉਹਨਾਂ ਨੇ ਇੱਕ ਹੋਰ ਸਿਧਾਂਤ ਦਿੱਤਾ ਸੀ, ਤਤਪ੍ਰਿਆ। ਤਤਪ੍ਰਿਆ ਦਾ ਸਿਧਾਂਤ ਦਿੱਤਾ ਸੀਗਾ, ਉਹ ਯਾਦ ਰੱਖਿਓ ਨਾਲ ਦੀ ਨਾਲ, ਕਿਉਂਕਿ ਧੁਨੀ ਸਿਧਾਂਤ ਦੇ ਵਿੱਚ ਕਈ ਵਾਰੀ ਇਹ ਇਮਤਿਹਾਨ ਦੇ ਵਿੱਚ ਪ੍ਰਸ਼ਨ ਆਇਆ ਗਾ ਜੀ ਨਾਲ, ਕਿ ਕਿਹੜੇ ਕਿਹੜੇ ਸਿਧਾਂਤ ਨੇ ਉਹਦੇ ਵਿੱਚ ਸ਼ਬਦ ਸ਼ਕਤੀਆਂ ਤਾਂ ਸਾਨੂੰ ਪਤਾ ਹੀ ਆ, ਵਿਧਾ, ਲਕਸ਼ਣਾ, ਵਿਅੰਜਨਾ ਅਤੇ ਲਕਸ਼ਣਾ, ਅਤੇ ਨਾਲ ਦੀ ਨਾਲ ਤਤਪ੍ਰਿਆ, ਇਹ ਦਿੱਤਾ ਸੀਗਾ ਜੀ ਅਭਿਨਵ ਗੁਪਤਾ ਨੇ ਸਿਧਾਂਤ ਦਿੱਤਾ ਸੀ ਨਾਲ। ਇਹ 9ਵੀਂ ਸਦੀ ਦੀ ਗੱਲ ਆ ਆਨੰਦ ਵਰਧਨ ਦੀ। ਉਸ ਤੋਂ ਬਾਅਦ ਰਾਜ ਸਿਖਰ ਕਾਵਿ ਮੀਮਾਂਸਾ, ਕਾਵਿ ਮੀਮਾਂਸਾ 9ਵੀਂ ਸਦੀ ਦੇ ਵਿੱਚ ਆਇਆ ਜੀ ਸਾਡੇ ਕੋਲ, ਰਾਜ ਸਿਖਰ ਨੇ ਲਿਖਿਆ ਸੀਗਾ। ਅਤੇ ਕੁੰਤਕ ਦਾ ਬੁਕਰੋਕਤੀ ਜਾਂ ਸਿਧਾਂਤ ਆ ਜੀ, ਇਹ ਪਹਿਲਾਂ ਵੀ ਦੱਸਿਆ ਸੀ ਕੱਕੇ ਤੋਂ ਬੁਕਰੋਕਤੀ, ਤੋਂ ਇਹਦੇ ਵਿੱਚ ਹੀ ਕੁੰਤਕ ਪਿਆ ਜੀ, ਬੁਕਰੋਕਤੀ ਜੀਵੰਤ ਇਹਨਾਂ ਨੇ ਦੱਸਿਆ ਸੀ। ਅਤੇ ਇਹ ਸਾਡੇ ਕੋਲ ਆ ਗਿਆ ਜੀ 10ਵੀਂ, 11ਵੀਂ ਸਦੀ ਦੇ ਵਿੱਚ। ਅਤੇ ਇਹਦੇ ਵਿੱਚ ਸਿਧਾਂਤ ਤੁਸੀਂ ਯਾਦ ਰੱਖ ਲਿਓ, ਵਰਨ, ਵਿਨਿਯਮ, ਵਰਕਤਾ, ਸਾਹਿਬਕਰਤਾ। ਵਰਨ, ਵਿਨਿਯਮ, ਵਕ੍ਰਿਕਤਾ, ਸਾਹਿਬਕ੍ਰਿਕਤਾ, ਇਹ ਯਾਦ ਰੱਖਣਾ ਤੁਸੀਂ 10ਵੀਂ, 11ਵੀਂ ਸਦੀ ਦੇ ਵਿੱਚ। ਮਮਟ, ਸਾਡੇ ਕੋਲ ਨਾ ਇੱਕ ਆ ਗਿਆ ਜੀ ਅੱਗੇ ਨਾਮ ਮਮਟ, ਜਿਹੜਾ ਸੀਗਾ ਮਮਟ ਨੇ ਸਾਨੂੰ ਦਿੱਤਾ ਸੀਗਾ ਜੀ ਰਸ ਸਿਧਾਂਤ ਦੇ ਵਿੱਚ ਕਾਵਿ ਪ੍ਰਕਾਸ਼। ਗ੍ਰੰਥ ਦਾ ਨਾਮ ਯਾਦ ਰੱਖਣਾ ਤੁਸੀਂ ਕਾਵਿ ਪ੍ਰਕਾਸ਼, ਅਤੇ ਇਹ ਵੀ 11ਵੀਂ ਸਦੀ ਦੇ ਵਿੱਚ ਸੀਗਾ ਜੀ। ਕਸ਼ਮਿੰਦਰ ਨੇ ਔਚਤਿਆ ਸਿਧਾਂਤ ਦਿੱਤਾ ਸੀ। ਅਤੇ ਔਚਤਿਆ ਦੇ ਵਿੱਚ ਇਹਨਾਂ ਨੇ ਜਿਹੜੀ ਗ੍ਰੰਥ ਸੀਗਾ ਉਹਦਾ ਨਾਮ ਸੀਗਾ ਔਚਤਿਆ ਵਿਚਾਰ ਚਰਚਾ, ਅਤੇ 11ਵੀਂ ਸਦੀ ਦੇ ਵਿੱਚ ਹੀ ਲਿਖਿਆ ਸੀਗਾ ਜੀ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਅਸੀਂ ਵਿਸ਼ਵਾਨਾਥ। ਵਿਸ਼ਵਾਨਾਥ ਨੇ ਰਸ ਸਿਧਾਂਤ ਸਾਹਿਤ ਦਰਪਣ ਦਿੱਤਾ ਸੀਗਾ। ਜਦੋਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਭਰਤਮੁਨੀ ਦੀ, ਭਰਤਮੁਨੀ ਜੀ ਜਿਹੜਾ ਸਾਡੇ ਕੋਲ ਪਹਿਲੀ ਸਦੀ ਦੇ ਵਿੱਚ ਰਸ ਸਿਧਾਂਤ ਦੇ ਨਾਲ ਸੰਬੰਧਿਤ, ਫਿਰ ਸਾਡੇ ਕੋਲ ਹੁਣ ਵਿਸ਼ਵਨਾਥ ਦੀ ਗੱਲ ਕਰਦੇ ਹਾਂ, ਇਹਨਾਂ ਨੇ ਵੀ ਰਸ ਸਿਧਾਂਤ ਦਿੱਤਾ। ਇਹ ਸਾਹਿਤ ਦਰਪਣ ਸੀਗਾ, ਉਹ ਸਾਡੇ ਕੋਲ ਗ੍ਰੰਥ ਸੀਗਾ ਨਾਟਯ ਸ਼ਸਤਰ, ਇਹ 14ਵੀਂ ਸਦੀ ਅਤੇ ਉਹ ਪਹਿਲੀ ਸਦੀ। ਅਤੇ ਇਹਨਾਂ ਨੇ ਜਿਹੜਾ ਸਿਧਾਂਤ ਦਿੱਤੇ ਸੀ ਵਿਸ਼ਵਨਾਥ ਨੇ, ਉਹ ਦਿੱਤੇ ਸੀਗੇ ਸਾਡੇ ਕੋਲ ਉਦੀਪਨ, ਆਮੁੱਖ, ਵਾਚਕ, ਸਾਤਵਿਕ, ਸੰਚਾਰੀ ਭਾਵ, ਇਹ ਯਾਦ ਰੱਖਿਓ। ਵਿਸ਼ਵਨਾਥ ਨੇ ਜਿਹੜੇ ਵੱਖਰੇ ਸਿਧਾਂਤ ਦਿੱਤੇ ਸੀ ਉਹ ਸੀ ਉਦੀਪਨ, ਆਮੁੱਖ, ਵਾਚਕ, ਸਾਤਵਿਕ, ਸੰਚਾਰੀ ਭਾਵ,
ਇਹ ਚੀਜ਼ਾਂ ਨੂੰ ਅਲੱਗ ਯਾਦ ਰੱਖਣਾ, ਕਿਉਂਕਿ ਭਰਤ ਮੁਨੀ ਨੇ ਸਧਾਰੀਕਰਨ ਭਾਵ ਵਿਭਾਵ ਅਨੁਭਾਵ ਅਤੇ ਅਲੰਬਨ ਦਿੱਤੇ ਸੀਗੇ, ਅਤੇ ਜਿਹੜਾ ਉਦੀਪਨ ਵਾਲਾ ਦਿੱਤਾ ਸੀ ਆਮੁੱਖ ਵਾਚਕ ਦਿੱਤਾ, ਅਤੇ ਸਾਤਵਿਕ ਸੰਚਾਰੀ ਭਾਵ ਇਹ ਦਿੱਤਾ ਜੀ ਵਿਸ਼ਵਨਾਥ ਨੇ ਸਾਹਿਤ ਦਰਪਣ ਦੇ ਵਿੱਚ। ਹਾਂਜੀ, ਹੁਣ ਗੱਲ ਕਰਦੇ ਹਾਂ ਆਪਾਂ ਜਗਨਨਾਥ। ਜਗਨਨਾਥ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਵਿਰਾਸਤ ਸਿਧਾਂਤ ਦੇ ਨਾਲ ਸਾਡੇ ਕੋਲ ਭਰਤ ਮੁਨੀ ਆ ਗਿਆ ਸੀਗਾ ਜੀ ਪਹਿਲਾਂ, ਫਿਰ ਵਿਸ਼ਵਨਾਥ, ਅਤੇ ਹੁਣ ਜਗਨਨਾਥ ਦੀ ਗੱਲ ਕਰਦੇ ਹਾਂ। ਇਹਨਾਂ ਨੇ ਰਸ ਗੰਗਾਧਰ ਗ੍ਰੰਥ ਦਾ ਨਾਮ ਸੀਗਾ, ਰਸ ਗੰਗਾਧਰ, ਅਤੇ 17ਵੀਂ ਸਦੀ, ਬਸ ਫਿਲਹਾਲ ਇਹਨੂੰ ਇੰਨਾ ਕੁ ਯਾਦ ਰੱਖ ਲਿਓ। ਅਤੇ ਅਪਿਆਦਿਕਸਤ ਕਾਵ, ਅਪਿਆਦਿਕਸਤ ਕਾਵ ਸੀਗਾ ਜੀ ਇਹਨਾਂ ਨੇ, ਕੋਵਿਲਿਆ ਯਾਨੰਦ, ਕੋਵਿਲਿਆ ਯਾਨੰਦ 17ਵੀਂ ਸਦੀ, ਵੈਸੇ ਜਿਹੜਾ 13ਵੀਂ ਤੱਕ ਤੁਸੀਂ ਯਾਦ ਰੱਖ ਲਓ, 17ਵੀਂ ਸਦੀ ਦੇ ਵਿੱਚ ਲਿਖਿਆ ਸੀ। ਜਗਨਨਾਥ, ਵਿਸ਼ਵਨਾਥ, ਕਿਸ਼ਮੇਂਦਰ, ਮਮਠ, ਕੁੰਤਕ, ਰਾਜਸ਼ੇਖਰ, ਆਨੰਦ ਵਰਧਨ, ਬਾਮਨ, ਰੁਦਰਟ, ਉਦਪੁੱਟ, ਦੰਡੀ, ਭਾਵਾਂ ਅਤੇ ਭਰਤਮੁਨੀ, ਹਰ ਵਾਰ ਇਮਤਿਹਾਨ ਦੇ ਵਿੱਚ ਇਹਨਾਂ ਨਾਲ ਪ੍ਰਸ਼ਨ ਆਇਆ ਹੋਇਆ ਜੀ। ਕਦੇ ਇਹਨਾਂ ਨਾਲ ਸੰਬੰਧਿਤ ਸਮਾਂ ਪੁੱਛ ਲਿਆ ਜਾਂਦਾ, ਕਿਹੜੀ ਸਦੀ ਨਾਲ ਸੰਬੰਧਿਤ ਸੀ, ਕਦੇ ਇਹਨਾਂ ਦੇ ਗ੍ਰੰਥ ਆ ਜਾਂਦੇ ਨੇ, ਕਿਹੜੇ ਕਿਹੜੇ ਗ੍ਰੰਥ ਇਹਨਾਂ ਨੇ ਲਿਖਿਆ, ਕਦੇ ਇਹਨਾਂ ਨੇ ਕਿਹੜੇ ਕਿਹੜੇ ਸਿਧਾਂਤ ਲਿਖਿਆ, ਬਿਲਕੁਲ ਇਹਦੇ ਨਾਲ ਮਿਲਦਾ ਪ੍ਰਸ਼ਨ ਆਉਂਦਾ ਹੀ ਆਉਂਦਾ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਤੋਂ ਕੁਛ ਨਾ ਕੁਛ ਲਾਹੇਵੰਦ ਜਿਹੜੀ ਜਾਣਕਾਰੀ ਮਿਲੀ ਹੋਣੀ ਆ, ਅਤੇ ਫਿਲਹਾਲ ਅੱਜ ਲਈ ਇੰਨਾ ਕੁ ਕਾਫੀ ਹੈ। ਜੇ ਤੁਹਾਨੂੰ ਲੱਗਦਾ ਕਿ ਜਾਣਕਾਰੀ ਲਾਹੇਵੰਦ ਹੈ ਤਾਂ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝ ਬਣਾਇਓ। ਫਿਲਹਾਲ ਅੱਜ ਲਈ ਇੰਨਾ ਕਾਫੀ, ਧੰਨਵਾਦ, ਰੱਬ ਰੱਖਾ, ਖੁਸ਼ ਰਹੋ।